ਜਿਹੜੇ ਲੋਕ ਕਹਿੰਦੇ ਨੇ ਕਿ ਬਾਬਾ ਜਰਨੈਲ ਸਿੰਘ ਕਾਂਗਰਸ ਦੇ ਏਜੰਟ ਨੇ ਅਤੇ ਤੁਸੀਂ ਤਾਂ ਬੜੇ ਪੁਰਾਣੇ ਉਹਨਾਂ ਨੂੰ ਮਿਲਦੇ ਵੀ ਰਹੇ ਹੋ, ਤੁਹਾਡੇ ਮੁਤਾਬਕ ਕੀ ਸੀ? ਇੰਦਰਾ ਗਾਂਧੀ ਉਹਨਾਂ ਨੂੰ ਵਰਤਣਾ ਚਾਹੁੰਦੀ ਸੀ ਅਕਾਲੀ ਦਲ ਦੇ ਖਿਲਾਫ। ਉਹ ਇੰਨੀ ਵੱਡੀ ਫੌਜ ਨਾਲ ਤੁਸੀਂ ਮੁਕਾਬਲਾ ਨਹੀਂ ਕਰ ਸਕਦੇ, ਤੁਹਾਡੀ ਅਜੇ ਲੋੜ ਹੈ ਪੰਥ ਨੂੰ, ਤੁਸੀਂ ਹਜੇ ਰੋਕ ਕੇ ਚੱਲੋ। ਉਹਨਾਂ ਨੇ ਮੇਰੀ ਗੱਲ ਨਹੀਂ ਮੰਨੀ। ਜੋਸ਼ ਜ਼ਿਆਦਾ ਸੀ ਉਹਦਾ, ਉਹਨਾਂ ਦਾ ਸ਼ਾਇਦ ਇਹ ਖਿਆਲ ਸੀ ਵੀ ਇੰਦਰਾ ਗਾਂਧੀ ਇਹ ਗਲਤੀ ਨਹੀਂ ਕਰੇਗੀ ਸਾਡੇ 'ਤੇ ਹਮਲਾ ਕਰਕੇ। ਉਹਨੇ ਵੀ ਗਲਤੀ ਕੀਤੀ, ਇਹਨਾਂ ਨੇ ਵੀ ਗਲਤੀ ਕੀਤੀ, ਦੋਹਾਂ ਗੱਲੀਆਂ ਦੇ ਨਤੀਜਾ ਜਿਹੜਾ ਸੀ ਉਹ ਸਿੱਖ ਕੌਮ ਨੇ ਭੁਗਤਿਆ। ਜਿਸ ਰੂਹ ਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਪੜ੍ਹਿਆ, ਬੜਾ ਕੁਝ ਦੀਆਂ ਲਿਖਤਾਂ ਦੇ ਵਿੱਚੋਂ ਮਿਲਿਆ, ਬੜੇ ਅਰਥ ਹੁਣ ਕੀਤੇ, ਬੜੀ ਸਮਝ ਉਦੋਂ ਪੈ ਗਈ। ਹੱਥ ਵਿੱਚ ਕਲਮ ਫੜ ਕੇ ਕਾਗਜ਼ ਕਾਲਾ ਤਾਂ ਹਰ ਕੋਈ ਕਰ ਦਿੰਦਾ, ਪਰ ਹੱਥ ਵਿੱਚ ਕਲਮ ਫੜ ਕੇ ਕਾਗਜ਼ ਦੀ ਹਿੱਕ ਦੇ ਉੱਪਰ ਇਤਿਹਾਸ ਲਿਖ ਦੇਣਾ ਇਹ ਮਰਦਾਂ ਦਾ ਕੰਮ ਹੁੰਦਾ, ਕੋਈ ਕੋਈ ਕਰ ਸਕਦਾ। ਰੂਹ ਨੇ ਕਿਹਾ ਮਿਲ ਕੇ ਆਵਾਂ, ਕਿਤੇ ਐਸਾ ਨਾ ਹੋਵੇ ਕਿ ਜਿਹਦੀਆਂ ਲਿਖਤਾਂ ਪੜ੍ਹਦੇ ਸਾਂ ਸਾਡੇ ਜਾਣ ਤੋਂ ਪਹਿਲਾਂ ਉਹ ਆਪਣੇ ਸਰੀਰ ਦੇ ਵਿੱਚੋਂ ਰੂਹ ਦੀ ਉਡਾਰੀ ਮਾਰ ਜਾਵੇ। ਮੇਰੇ ਕਹਿਣ ਤੋਂ ਭਾਵ ਬਾਪੂ ਜਸਵੰਤ ਸਿੰਘ ਕੰਵਲ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਮਖੂ ਤਹਿ ਦਿਲ ਤੋਂ ਸਵਾਗਤ ਕਰਦਾ ਹਾਂ। ਦਰਸ਼ਕੋ, ਤੁਹਾਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਏਗੀ ਕਿ ਅੱਜ ਮੈਂ ਪਿੰਡ ਢੁੱਡੀਕੇ ਜ਼ਿਲ੍ਹਾ ਮੋਗਾ ਬਾਪੂ ਜਸਵੰਤ ਸਿੰਘ ਕੰਵਲ ਜੀ ਦੇ ਘਰ ਦੇ ਵਿੱਚ ਆਇਆ ਹੋਇਆ ਮੈਂ। ਇਹ ਬਾਪੂ ਜਸਵੰਤ ਸਿੰਘ ਕੰਵਲ ਸਾਡੀ ਕੌਮ ਦੇ ਐਸੇ ਲੇਖਕ ਨੇ ਜਿਨ੍ਹਾਂ ਨੇ ਕਰੀਬ 70 ਹੁਣ ਤੱਕ ਕਿਤਾਬਾਂ ਲਿਖ ਚੁੱਕੇ ਹੈ ਅਤੇ 1943 ਦੇ ਅੰਦਰ ਇਹਨਾਂ ਦੀ ਪਹਿਲੀ ਕਿਤਾਬ ਆਈ ਸੀ ਅਤੇ 98 ਸਾਲ ਦੀ ਉਮਰ ਹੈ। ਅੱਜ ਮੇਰਾ ਵਿਸ਼ੇਸ਼ ਮੁਲਾਕਾਤ ਕਰਨ ਦਾ ਮਨ ਇਸ ਕਰਕੇ ਬਣਿਆ ਕਿਉਂਕਿ ਜਦੋਂ ਜੂਨ 1984 ਵਾਪਰਿਆ ਅਤੇ ਬਾਪੂ ਜੀ ਨੇ ਕਿਤਾਬ ਲਿਖੀ ਸੀ ਖੂਨ ਕੇ ਸੋਹਲੇ ਗਾਵੀਏ ਨਾਨਕ, ਜਿਹਦੇ ਵਿੱਚ ਕਾਫੀ ਹੱਦ ਤੱਕ ਸੱਚਾਈ ਨੂੰ ਪੇਸ਼ ਕਰਨ ਦਾ ਯਤਨ ਕੀਤਾ। ਦੂਜੀ ਇਹਨਾਂ ਦੀ ਇੱਕ ਕਿਤਾਬ ਮਿਲ ਜਾਂਦੀ ਹੈ ਆਪਣਾ ਕੌਮੀ ਘਰ। ਆਓ ਅੱਜ ਬਾਪੂ ਜੀ ਦੇ ਕੋਲੋਂ ਜਾਣੀਏ ਕਿ ਉਸ ਅਣਚਿਤਵੇ ਕਹਿਰ ਬਾਰੇ ਇਹ ਕੀ ਕੋਈ ਜਾਣਕਾਰੀ ਦਿੰਦੇ ਨੇ ਅਤੇ ਜਿਸ ਨੂੰ ਇਹ ਆਪਣਾ ਕੌਮੀ ਘਰ ਕਹਿੰਦੇ ਨੇ ਉਹ ਕੌਮੀ ਘਰ ਖਾਲਿਸਤਾਨ ਦੀ ਮੰਗ ਹੈ ਜਾਂ ਉਹ ਕੌਮੀ ਘਰ ਬਾਪੂ ਜੀ ਕਿਸ ਨੂੰ ਕਹਿੰਦੇ ਨੇ? ਆਓ ਸਭ ਤੋਂ ਪਹਿਲਾਂ ਬਾਪੂ ਜੀ ਦਾ ਸਵਾਗਤ ਕਰਦੇ ਹਾਂ। ਬਾਪੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ, ਸਾਨੂੰ ਇਹ ਜਾਣਕਾਰੀ ਦਿਓ ਜੀ, ਤੁਹਾਡੀ ਇੱਕ ਕਿਤਾਬ ਹੈ 1984 ਦੇ ਉੱਪਰ ਜਿਹਦਾ ਨਾਮ ਹੈ ਖੂਨ ਕੇ ਸੋਹਲੇ ਗਾਵੀਏ ਨਾਨਕ, ਅਤੇ ਉਹਦੇ ਵਿੱਚ ਤੁਸੀਂ ਬਾਬਾ ਜਰਨੈਲ ਸਿੰਘ ਦੀ ਸ਼ਖਸੀਅਤ ਬਾਰੇ ਪੇਸ਼ ਕੀਤਾ ਵੀ ਬੜੇ ਹੋਣਹਾਰ ਸਨ, ਬੜੇ ਵਿਦਵਾਨ ਪੁਰਸ਼ ਸਨ ਅਤੇ ਸਰਕਾਰ ਆਪਣੇ ਹੱਥਾਂ ਦੇ ਉੱਪਰ ਉਹਨਾਂ ਨੂੰ ਖਿਡਾਉਣਾ ਚਾਹੁੰਦੀ ਸੀ ਪਰ ਉਹ ਰਾਜਨੀਤੀ ਤੋਂ ਬੜੀ ਦੂਰ ਸਨ। ਇਹਦੇ ਬਾਰੇ ਤੁਸੀਂ ਸਾਡੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਨੂੰ ਕੀ ਦੱਸਣਾ ਚਾਹੁੰਦੇ ਹੋ? ਮੈਂ ਉਦੋਂ ਉਸ ਹਾਦਸੇ ਨੂੰ, ਉਸ ਲੜਾਈ ਨੂੰ ਰੋਕਣਾ ਚਾਹੁੰਦਾ ਸੀ ਜੀ। ਮੈਂ ਉਹਨਾਂ ਸੰਤਾਂ ਨੂੰ ਜਾ ਕੇ 4 ਦਿਨ ਪਹਿਲਾਂ ਮਿਲਿਆ, ਉਹਨਾਂ ਨੂੰ ਕਿਹਾ ਕਿ ਤੁਸੀਂ ਪੇਸ਼ ਹੋ ਜਾਓ, ਇਹ ਮੌਕਾ ਨਹੀਂ। ਇੱਕ ਤਾਂ ਇਹ ਹੈ ਵੀ ਇੱਥੇ ਅਕਾਲ ਤਖ਼ਤ 'ਤੇ ਇਹਦੀ ਬੇਅਦਬੀ ਹੋਏਗੀ, ਉਹ ਅਜੇ ਅਸੀਂ ਤਾਂ ਨਹੀਂ ਕਰ ਰਹੇ ਬੇਅਦਬੀ, ਇਹ ਤਾਂ ਸਰਕਾਰ ਕਰ ਰਹੀ ਆ। ਮੈਂ ਕਿਹਾ ਜੇ ਤੁਸੀਂ ਇਸ ਗੱਲ ਨੂੰ ਪਿਛਾਂ ਹਟ ਜਾਓ, 6ਵੀਂ ਪਾਤਸ਼ਾਹੀ ਨੇ ਜੰਗ ਬਾਹਰ ਲੜੀ ਸੀ, ਜੇ ਤੁਸੀਂ ਇਹਨੂੰ ਪਿਛਾਂ ਹਟਾ ਦਿਓ ਤਾਂ ਫਿਰ ਵੀ ਹੋ ਸਕਦਾ। ਉਹਦੇ ਨਹੀਂ, ਅਸੀਂ ਅਰਦਾਸ ਕਰ ਚੁੱਕੇ ਹਾਂ। ਮੈਂ ਕਿਹਾ ਫਿਰ ਕੋਈ ਨਾ ਕੋਈ ਹੱਲ ਕੀ ਇਹਦਾ? ਉਹ ਆਹਦਾ ਮੇਰੇ ਹਵਸ ਦੀ ਗੱਲ ਕੋਈ ਨਹੀਂ, ਸਰਕਾਰ ਚੜ੍ਹ ਕੇ ਆ ਗਈ ਹੈ, ਅਸੀਂ ਲੜਾਂਗੇ, ਸ਼ਹੀਦ ਹੋਵਾਂਗੇ ਜੀ। ਉਹਨਾਂ ਉਹ ਆਪਣੀ ਜ਼ਿੱਦ 'ਤੇ ਖੜ੍ਹੇ ਰਹੇ। ਮੈਂ ਉਹਨਾਂ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਵੀ ਇਹ ਥਾਂ ਐਸੀ ਨਹੀਂ, 6ਵੀਂ ਪਾਤਸ਼ਾਹੀ ਦਾ ਪਵਿੱਤਰ ਸਥਾਨ ਹੈ, 6ਵੀਂ ਪਾਤਸ਼ਾਹੀ ਆਪ ਅਕਾਲ ਤਖ਼ਤ ਤੋਂ ਬਾਹਰ ਲੜੇ ਸੀ, ਜਾ ਕੇ ਇੱਥੇ ਨਹੀਂ ਲੜੇ, ਅਤੇ ਤੁਸੀਂ ਦੇ ਸੋਚ ਲਓ
ਉਹਦੇ ਨਹੀਂ ਸਰ ਸੀ, ਗੁਰੂ ਨੇ ਆਗਿਆ ਦਿੱਤੀ ਅਸੀਂ ਅਤੇ ਅਸੀਂ ਇਸ ਕਰਨ ਲਈ ਮਜਬੂਰ ਹੋਏ ਹਾਂ, ਅਸੀਂ ਕੋਈ ਉਹਨਾਂ ਨੂੰ ਸਰਕਾਰ ਆਊਗੀ ਅਤੇ ਅਸੀਂ ਲੜਾਂਗੇ। ਉਹ ਹਾਦਸਾ ਉਸੇ ਤਰ੍ਹਾਂ ਹੀ ਵਾਪਰਿਆ, ਬਾਵਜੂਦ ਮੇਰੀ ਮਿਹਨਤ ਸਮਾਜਤ ਦੇ ਕਿ ਤੁਸੀਂ ਪੇਸ਼ ਹੋ ਜਾਓ ਅਤੇ ਇਸ ਗੱਲ ਨੂੰ ਰੋਕੋ, ਉਹ ਰੁਕੇ ਨਹੀਂ। ਨਹੀਂ, ਪੇਸ਼ ਕਿਹਦੇ ਕੋਲ ਹੋ ਜਾਓ ਤੁਸੀਂ, ਕਿਹਦੇ ਕੋਲ ਪੇਸ਼ ਹੋਣ ਦੀ? ਉਹ ਸਰਕਾਰ ਮੂਹਰੇ ਪੇਸ਼ ਹੋਣ ਦੀ ਗੱਲ ਸੀ ਵੀ ਤੁਸੀਂ ਲੜਾਈ ਨਾ ਕਰੋ, ਉਹਨਾਂ ਨੂੰ ਵੈਲਕਮ ਕਰੋ ਅਤੇ ਤੁਸੀਂ ਉਹਨਾਂ ਦੇ ਆਖੋ ਵੀ ਮੈਂ ਪੇਸ਼ ਹਾਂ, ਤੁਸੀਂ ਦੱਸੋ ਮੇਰਾ ਕੋਈ ਕੀ ਗੁਨਾਹ ਹੈ ਇਸ ਗੱਲ ਲਈ, ਸੇਵਾ ਕਰ ਦੇਦਾ ਉਸ 'ਤੇ। ਤੁਸੀਂ ਬਾਬਾ ਜਰਨੈਲ ਸਿੰਘ ਨੂੰ 1984 ਤੋਂ ਪਹਿਲਾਂ ਵੀ ਮਿਲਦੇ ਰਹੇ ਹੋ? ਉਹ ਦੋ ਵਾਰੀ ਮੇਰੇ ਘਰ ਆਏ ਨੇ। ਬਾਬਾ ਜਰਨੈਲ ਸਿੰਘ ਤੁਹਾਡੇ ਇਸੇ ਘਰ ਦੇ ਵਿੱਚ ਦੋ ਵਾਰੀ ਆਏ ਹੋਏ ਹੈ? ਮੇਰੇ ਨਾਲ ਉਹਨਾਂ ਦੀ ਬੋਲਬਾਣੀ ਸੀ ਠੀਕ ਸੀ, ਪਰ ਮੈਂ ਉਹਨਾਂ ਦਾ ਇਹ ਕਦਮ ਜਿਹੜਾ ਸੀ ਉਹ ਬਹੁਤ ਅਗਾਂਹ ਵਧੂ ਸੀ, ਜਿਹੜਾ ਕਿ ਅਜੇ ਨਹੀਂ ਲੈਣਾ ਚਾਹੀਦਾ ਸੀ ਅਤੇ ਫਿਰ ਅਕਾਲ ਤਖ਼ਤ 'ਤੇ ਨਹੀਂ ਸੀ ਲੈਣਾ ਚਾਹੀਦਾ, ਬਾਹਰ ਲੈਣਾ ਹੁੰਦਾ ਇੱਕ ਹੋਰ ਗੱਲ ਸੀ। ਇਹਦੇ ਨਾਲ ਅਕਾਲ ਤਖ਼ਤ ਦੀ ਵੀ ਬੇਅਦਬੀ ਹੋਈ ਹੈ ਔਰ ਉਹ ਆਖੇ ਨਹੀਂ ਲੱਗੇ। ਮੈਂ ਮਾਯੂਸ ਹੋ ਕੇ ਬੇਨਤੀ ਕਰਕੇ ਵਾਪਸ ਆ ਗਿਆ ਘਰ। ਜਦੋਂ ਬਾਬਾ ਜਰਨੈਲ ਸਿੰਘ ਤੁਹਾਡੇ ਘਰ ਦੋ ਵਾਰੀ ਆਏ ਹੈ, ਉਹ ਕਿਸ ਮਕਸਦ ਦੇ ਵਿੱਚ ਆਏ ਹੈ? ਕੋਈ ਵਿਚਾਰਧਾਰਾ ਕਰਨ ਦੇ ਲਈ ਆਏ ਹੈ ਜਾਂ ਕੋਈ 84 ਬਾਰੇ ਕੀ ਐਸਾ ਸੀ ਕਿ ਬਾਬਾ ਜਰਨੈਲ ਸਿੰਘ ਨੂੰ ਤੁਹਾਡੇ ਘਰ ਆਉਣਾ ਪਿਆ? ਉਦੋਂ ਇਹ ਰੌਲਾ ਨਹੀਂ ਸੀ ਚੱਲ ਰਿਹਾ, ਉਦੋਂ ਬਿਲਕੁਲ ਸ਼ਾਂਤੀ ਸੀ, ਸਾਰਾ ਕੁਛ ਸੀ ਅਤੇ ਇਹ ਅਹਿਸਾਸ ਹੀ ਨਹੀਂ ਸੀ ਕਿ ਸਰਕਾਰ ਇਹਦੇ 'ਤੇ ਹਮਲਾ ਕਰੇਗੀ। ਮੈਂ ਸਮਝਦਾ ਵੀ ਇਹ ਸਰਕਾਰ ਦੀ ਵੀ ਜ਼ਿਆਦਤੀ ਸੀ ਔਰ ਉਹ ਹੋਰ ਉਹ ਜ਼ਿੱਦ ਨਾਲ ਸਿੱਖਾਂ ਨੂੰ ਆਪਣੇ ਪਿੱਛੇ ਲਾਉਣਾ ਚਾਹੁੰਦੀ ਸੀ, ਹੋਰ ਕੋਈ ਨਹੀਂ ਸੀ ਗੱਲ, ਉਹਦੀ ਜ਼ਿੱਦ ਨੇ ਇਹ ਸਾਰਾ ਕੁਛ ਖਰਾਬ ਕੀਤਾ ਜਿਹਾ ਅਤੇ ਨਹੀਂ ਇਹ ਮਸਲਾ ਹੱਲ ਹੋ ਸਕਦਾ ਸੀ, ਉਹ ਨਹੀਂ ਚਲੀ। ਉਸ ਜ਼ਿੱਦ ਕਾਰਨ ਇੱਕ ਜਿਹੜੀ ਬੇਅਦਬੀ ਹੋਈ ਹੈ ਤਾਰੀਖ ਦੀ, ਸਿੱਖ ਤਾਰੀਖ ਦੀ, ਉਹ ਮਾੜੀ ਗੱਲ ਹੋਈ ਹੈ। ਮੈਂ ਤਾਂ ਬੇਨਤੀ ਕਰ ਸਕਦਾ ਸੀ ਉਹਨਾਂ ਨੂੰ ਵੀ ਤੁਸੀਂ ਲੋਕਾਂ ਦਾ ਔਰ ਲੋਕੋ ਵੀ ਲੋਕਾਂ ਪਿਛਲੀਆਂ ਮੈਂ ਤਸ਼ੀਹਾਂ ਦਿੱਤੀਆਂ ਕਿ ਲੋਕ ਇੱਥੇ ਇਸ ਨੂੰ ਪਵਿੱਤਰ ਥਾਂ ਨੂੰ ਇਸ ਲਈ ਨਹੀਂ ਸੀ ਵਰਤਦੇ, ਜੇ ਗੁਰੂ ਛੇਵੀਂ ਪਾਤਸ਼ਾਹੀ ਜੇ ਨਿਕਲ ਕੇ ਇੱਥੋਂ ਜੰਗ ਬਾਹਰ ਲੜ ਸਕਦੇ ਹੈ ਤਾਂ ਫਿਰ ਤੁਹਾਨੂੰ ਸੋਚਣਾ ਚਾਹੀਦਾ। ਉਹ ਮੇਰੇ ਆਖੇ ਨਹੀਂ ਲੱਗੇ। ਬਾਪੂ ਜੀ, ਇੱਕ ਸਾਨੂੰ ਹੋਰ ਜਾਣਕਾਰੀ ਦਿਓ ਵੀ ਜਿਹੜਾ 1984 ਜੂਨ ਦੀ ਆਪਾਂ ਗੱਲ ਕਰਦੇ ਹਾਂ ਵੀ ਸਰਕਾਰ ਨੇ ਤੋਪਾਂ ਟੈਂਕ ਚੜ੍ਹਾਏ, ਉਹ ਚੜ੍ਹਾਉਣ ਦਾ ਉਹਨਾਂ ਦਾ ਮਕਸਦ ਕੀ ਸੀ? ਅਸੀਂ ਉਹਨਾਂ ਨੂੰ ਉਕਸਾਇਆ ਤੋਪਾਂ ਟੈਂਕ ਚੜ੍ਹਾਉਣ ਦੇ ਲਈ ਜਾਂ ਉਹ ਸਿੱਖਾਂ ਨੂੰ ਮਾਰਨਾ ਚਾਹੁੰਦੇ ਸੀ? ਜੇ ਮਾਰਨਾ ਚਾਹੁੰਦੇ ਸੀ ਤਾਂ ਕਿਉਂ ਖਤਮ ਕਰਨਾ ਚਾਹੁੰਦੇ ਸੀ? ਇਹਦੇ ਬਾਰੇ ਤਾਂ ਉਹ ਜ਼ਿਆਦਾ ਜਾਣਦੀ ਸੀ, ਲੇਕਿਨ ਉਹਦਾ ਜਿਹੜਾ ਰਵੱਈਆ ਸੀ ਉਹ ਸਿੱਖ ਵਿਰੋਧੀ ਸੀ ਔਰ ਉਹ ਚਾਹੁੰਦੀ ਸੀ ਵੀ ਇਹ ਮੇਰੇ ਪੈਰੀ ਪਹਿਣ ਅਤੇ ਮੈਂ ਇਹਨਾਂ ਨੂੰ ਚਲਾਵਾਂ। ਇਹ ਸਿੱਖ ਜਿਹੜੇ ਸੀਗੇ ਇਹਨਾਂ ਨੇ ਕਿਹਾ ਵੀ ਸਾਨੂੰ ਤਾਂ ਗੁਰੂ ਦੀ ਓਟ ਹੈ ਅਤੇ ਅਸੀਂ ਤੂੰ ਕੌਣ ਹੈ ਇਸ ਗੱਲ ਲਈ, ਉਹਨਾਂ ਨੇ ਆਪਣਾ ਸਿਰ ਦੇਣਾ ਚੰਗਾ ਸਮਝਿਆ ਲੇਕਿਨ ਉਹਦੇ ਅੱਗੇ ਝੁਕਣਾ ਨਹੀਂ ਸਮਝਿਆ। ਪਰ ਜਿਹੜੇ ਲੋਕ ਕਹਿੰਦੇ ਨੇ ਕਿ ਬਾਬਾ ਜਰਨੈਲ ਸਿੰਘ ਕਾਂਗਰਸ ਦੇ ਏਜੰਟ ਨੇ ਅਤੇ ਤੁਸੀਂ ਤਾਂ ਬੜੇ ਪੁਰਾਣੇ ਉਹਨਾਂ ਨੂੰ ਮਿਲਦੇ ਵੀ ਰਹੇ ਹੋ, ਤੁਹਾਡੇ ਮੁਤਾਬਕ ਕੀ ਸੀ? ਸਿੱਖਾਂ ਦੀ ਜਿਹੜੀ ਅਕਾਲੀ ਤਖ਼ਤ ਦਾ ਜਿਹੜਾ ਰਵੱਈਆ ਰਿਹਾ ਸੀ ਉਹ ਉਹਦੇ ਵੀ ਖਿਲਾਫ਼ ਸੀ ਵੀ ਤੁਸੀਂ ਸਿੱਖੀ ਦੀ ਰਵਾਇਤ ਨੂੰ ਛੱਡ ਕੇ ਇਹ ਕੁਛ ਚੱਲਦੇ ਹੋ, ਉਹ ਉਹਨਾਂ ਨਾਲ ਵੀ ਠੀਕ ਨਹੀਂ ਸੀਗੇ, ਇਸ ਕਰਕੇ ਉਹ ਆਪਣਾ ਇੱਕ ਰਵੱਈਆ ਰੱਖਣਾ ਚਾਹੁੰਦੇ ਸੀ। ਇੰਦਰਾ ਗਾਂਧੀ ਉਹਨਾਂ ਨੂੰ ਵਰਤਣਾ ਚਾਹੁੰਦੀ ਸੀ ਅਕਾਲੀ ਦਲ ਦੇ ਖਿਲਾਫ਼। ਸਿੱਧੀ ਗੱਲ, ਇਹ ਇਹਨਾਂ ਨੇ ਇਸ ਗੱਲੋਂ ਨਾ ਕਰ ਦਿੱਤੀ ਕਿ ਵੀ ਮੈਂ ਇਹ ਕੰਮ ਨਹੀਂ ਕਰ ਸਕਦਾ ਅਤੇ ਉਹਨਾਂ ਨੇ ਆਪਣਾ ਆਪ ਜਿਹੜਾ ਸੀ ਉਹ ਤੋਂ ਪਿਛਾਂ ਹਟਾ ਲਿਆ ਅਤੇ ਨਹੀਂ ਉਹਨਾਂ ਦੇ ਨਾਲ ਉਹ ਅਕਾਲੀ ਦਲ ਦੇ ਬਜਾਏ ਉਹਨਾਂ ਦੇ ਸਗੋਂ ਨੇੜੇ ਸੀ, ਪਰ ਉਹ ਹਾਲਾਤ ਨੇ ਇਹੋ ਜਿਹਾ ਪਲਟਾ ਖਾਧਾ ਕਿ ਇੰਦਰਾ ਗਾਂਧੀ ਉਹਨਾਂ ਨੂੰ ਸੰਤਾਂ ਨੂੰ ਆਪਣੇ ਰਸੂਖ ਨਾਲ ਅਕਾਲੀਆਂ ਦੇ ਖਿਲਾਫ਼ ਵਰਤਣਾ ਚਾਹੁੰਦੀ ਸੀ, ਉਹ ਵਰਤੇ ਨਹੀਂ ਗਏ। ਵੀ ਕਹਿਣ ਤੋਂ ਭਾਵ ਕਿ ਇੰਦਰਾ ਗਾਂਧੀ ਦੀ ਇੱਕ ਚਾਲ ਸੀ ਵੀ ਬਾਬਾ ਜਰਨੈਲ ਸਿੰਘ ਦੇ ਮਗਰ ਦੁਨੀਆ ਬੜੀ ਹੈ, ਬੁਲਾਰੇ ਵੀ ਬੜੇ ਵਧੀਆ ਨੇ, ਵੀ ਇਹਨਾਂ ਨੂੰ ਅਕਾਲੀਆਂ ਦੇ ਵਿਰੁੱਧ ਵਰਤਾਂ।
ਉਹ ਵਰਤਣਾ ਚਾਹੁੰਦੀ ਸੀ ਔਰ ਉਹ ਵਰਤਣ ਤੇ ਉਹਨਾਂ ਨੇ ਨਾ ਕਰ ਦਿੱਤੀ ਤੇ ਉਹ ਫਿਰ ਉਹਦਾ ਕਸੂਤਾ ਪੈ ਗਿਆ ਉਹ ਫਿਰ ਇਹਨਾਂ ਨੂੰ ਚੱਲਣਾ ਪੈ ਗਿਆ। ਬਾਪੂ ਜੀ ਉਹ ਮਾਹੌਲ ਤੁਸੀਂ 1947 ਵਾਲਾ ਵੀ ਵੇਖਿਆ 1984 ਵਾਲਾ ਵੀ ਵੇਖਿਆ ਤੁਹਾਡੀ ਨਜ਼ਰ ਦੇ ਵਿੱਚ ਬਾਬਾ ਜਰਨੈਲ ਸਿੰਘ ਦੀ ਸ਼ਖਸੀਅਤ ਕਿਵੇਂ ਕੌਮ ਨੂੰ ਸਮਰਪਿਤ ਸੀ ਕੌਮ ਦਾ ਦਰਦ ਸੀ? ਕੌਮ ਦਾ ਦਰਦ ਵੀ ਸੀ ਕੌਮ ਦੇ ਦਰਦ ਲਈ ਉਹਨਾਂ ਨੇ ਆਪਣੀ ਕੁਰਬਾਨੀ ਵੀ ਦਿੱਤੀ ਲੇਕਿਨ ਕਾਹਲੀ ਕੀਤੀ ਉਹਨਾਂ ਨੂੰ ਐਡੀ ਛੇਤੀ ਇਸ ਤਰ੍ਹਾਂ ਦਾ ਸਟੈਪ ਨਹੀਂ ਸੀ ਚੁੱਕਣਾ ਚਾਹੀਦਾ ਔਰ ਉਹ ਹੋਰ ਅਜੇ ਲੋਕਾਂ ਨੂੰ ਪੰਜਾਬ ਨੂੰ ਆਪਣੇ ਨਾਲ ਜੋੜਦੇ ਔਰ ਅਕਾਲੀ ਦਲ ਜਿਹੜਾ ਸੀ ਉਹ ਪਿੱਛੇ ਪੈ ਜਾਂਦਾ। ਜਿਹੜੇ ਬਾਬਾ ਜਰਨੈਲ ਸਿੰਘ ਦੇ ਨਾਲ ਯੋਧੇ ਸੀ ਜਿਹੜੇ ਨਾਲ ਸ਼ਹੀਦ ਵੀ ਹੋਏ ਆ ਨਾਲ ਜਥਾ ਚੱਲਦਾ ਸੀ ਉਹ ਸਾਰੇ ਕੀ ਖਾਲਿਸਤਾਨ ਦੀ ਮੰਗ ਰੱਖਣ ਵਾਲੇ ਸੀ ਜਾਂ ਉਹ ਜੁਝਾਰੂ ਯੋਧੇ ਸਮਝ ਚੁੱਕੇ ਸੀ ਨੀਤੀਆਂ ਨੂੰ ਸਰਕਾਰ ਦੀਆਂ ਨੂੰ ਕਿ ਜੋਸ਼ ਦੇ ਵਿੱਚ ਨਵੇਂ ਖੂਨ ਦੇ ਵਿੱਚ ਚੱਲੇ ਸਨ? ਗੱਲ ਇਹ ਹੈ ਬਈ ਜੋਸ਼ ਨੇ ਅਤੇ ਨਵੇਂ ਖੂਨ ਨੇ ਜਿਹੜਾ ਸਟੈਪ ਚੁੱਕਿਆ ਉਹ ਸੋਚ ਤੋਂ ਨੀਵਾਂ ਸੀ ਸੋਚ ਰਾਜਨੀਤਿਕ ਸੋਚ ਜਿਹੜੀ ਸੀ ਠੰਡੀ ਸੋਚ ਹੋਣੀ ਚਾਹੀਦੀ ਸੀ ਜਿਹੜੀ ਵੱਡੀ ਉਹ ਉੱਥੇ ਨਹੀਂ ਵਰਤੀ ਗਈ। ਜੋਸ਼ ਨੇ ਤਸਰ ਇਹ ਆ ਵੀ ਜਾਂ ਉਹਨਾਂ ਦਾ ਸਿਰ ਹੈ ਨਹੀਂ ਜਾਂ ਆਪਦਾ ਸਿਰ ਹੈ ਨਹੀਂ ਜੋਸ਼ ਜਿਹੜਾ ਹੈ ਇਹਨੂੰ ਜੇ ਸੰਭਾਲ ਕੇ ਜੋੜਿਆ ਵਰਤਿਆ ਜਾਵੇ ਤਾਂ ਇਹ ਦੂਣੀ ਸ਼ਕਤੀ ਦਿੰਦਾ ਅਤੇ ਜੇ ਇਹਨੂੰ ਆਪੋ ਹਰੇ ਤੌਰ 'ਤੇ ਵਰਤਿਆ ਜਾਵੇ ਤਾਂ ਇਹ ਆਪਦਾ ਸਿਰ ਦਿੰਦਾ ਹੈ ਔਰ ਉਹੀ ਗੱਲ ਇਸ ਮਸਲੇ 'ਚ ਹੋਈ ਦੂਰ ਦੀ ਨਹੀਂ ਕਿਸੇ ਨੇ ਸੋਚੀ। ਪਰ ਜੇ ਸਰਕਾਰ ਦੀ ਵੀ ਗੱਲ ਕਰੀਏ ਬਾਬਾ ਜਰਨੈਲ ਸਿੰਘ ਦੇ ਨਾਲ ਉਹਨਾਂ ਦੀ ਜਿਵੇਂ ਤੁਸੀਂ ਦੱਸਿਆ ਵੀ ਦੁਸ਼ਮਣੀ ਸੀ ਠੀਕ ਹੈ ਜੀ ਵਰਤਣਾ ਚਾਹੁੰਦੀ ਸੀ ਬਾਬਾ ਜਰਨੈਲ ਸਿੰਘ ਨਹੀਂ ਵਰਤੇ ਗਏ ਜਿਹਦੇ ਕਰਕੇ ਉਹਨਾਂ ਦੀ ਅੱਖ ਦੇ ਉੱਪਰ ਬਾਬਾ ਜਰਨੈਲ ਸਿੰਘ ਰੜਕਣ ਲੱਗ ਪਏ ਪਰ ਉਹਨਾਂ ਨੇ ਜਾਣ ਬੁੱਝ ਕੇ ਸਾਡੇ ਗੁਰੂ ਪਾਤਸ਼ਾਹ ਜੀ ਦਾ ਸ਼ਹੀਦੀ ਦੇ ਨਹੀਂ ਕਿਉਂ ਚੁਣਿਆ? ਗੱਲ ਇਹ ਹੈ ਬਈ ਉਹ ਚਾਹੁੰਦੀ ਸੀ ਕਿ ਮੈਂ ਇਹ ਗੱਲ ਕਰਕੇ ਬਹੁਤ ਵੱਡੀ ਫਤਿਹ ਹਾਸਲ ਕਰਾਂਗੀ ਔਰ ਉਹਦੇ ਕੋਲ ਉਹ ਕਿਉਂਕਿ ਪਹਿਲਾਂ ਉਸਨੇ ਇਹ ਕੁਛ ਮੂਵਮੈਂਟਾਂ ਕਰਕੇ ਵੇਖ ਲਈਆਂ ਸੀ ਜਿਹੜੇ ਇਹਦਾ ਈਸਟ ਪਾਕਿਸਤਾਨ ਦਾ ਮਸਲਾ ਸੀ ਉਹ ਉਹਨੇ ਹੱਲ ਕਰ ਲਿਆ ਸੀ ਇਸ ਕਰਕੇ ਉਹਦੇ ਕੋਲ ਇਹ ਹੌਸਲਾ ਸੀ ਕਿ ਮੈਂ ਸਿੱਖਾਂ ਨੂੰ ਵੀ ਆਪਣੇ ਮਗਰ ਲਾ ਸਕਦੀ ਹਾਂ ਪਰ ਸਿੱਖ ਜ਼ਿੱਦੀਏ ਸੀ ਸਿੱਖਾਂ ਦੇ ਕੋਲ ਅਕਲ ਅਤੇ ਸ਼ਹੂਰ ਰਾਜਨੀਤੀ ਦਾ ਪੱਖ ਜਿਹੜਾ ਉਹ ਕਮਜ਼ੋਰ ਸੀ ਕੋਈ ਬੰਦਾ ਵੀ ਸਿਆਣਾ ਇਸ ਗੱਲ ਨੂੰ ਸੁਝਾਓ ਦੇਣ ਵਾਸਤੇ ਅੱਗੇ ਨਹੀਂ ਆਇਆ ਜਿਹਦੇ ਨਾਲ ਹੁਣ ਮੈਂ ਮਾੜਾ ਮੋਟਾ ਇਹਨਾਂ ਦੇ ਨੇੜੇ ਸੀ ਮੇਰੇ ਕੋਲ ਦੋ ਵਾਰੀ ਆਏ ਸੀ ਸੰਤ ਅਤੇ ਮੈਂ ਸਮਝਦਾ ਸੀ ਵੀ ਸੰਤ ਬੇਨਤੀ ਮੰਨ ਲੈਣਗੇ ਬਈ ਤੁਸੀਂ ਉਹ ਇੰਨੀ ਵੱਡੀ ਫੌਜ ਨਾਲ ਤੁਸੀਂ ਮੁਕਾਬਲਾ ਨਹੀਂ ਕਰ ਸਕਦੇ ਤੁਸੀਂ ਤੁਹਾਨੂੰ ਅਜੇ ਤੁਹਾਡੀ ਅਜੇ ਲੋੜ ਹੈ ਪੰਥ ਨੂੰ ਤੁਸੀਂ ਹਜੇ ਰੋਕ ਕੇ ਚੱਲੋ ਇਹਨੂੰ ਇਸ ਤਰ੍ਹਾਂ ਨਾ ਲਓ ਉਹਨਾਂ ਨੇ ਮੇਰੀ ਗੱਲ ਨਹੀਂ ਮੰਨੀ ਜੋਸ਼ ਜ਼ਿਆਦਾ ਸੀ ਉਹਦਾ ਉਹਨਾਂ ਦਾ ਸ਼ਾਇਦ ਇਹ ਖਿਆਲ ਸੀ ਵੀ ਇੰਦਰਾ ਗਾਂਧੀ ਇਹ ਗਲਤੀ ਨਹੀਂ ਕਰੇਗੀ ਸਾਡੇ 'ਤੇ ਹਮਲਾ ਕਰਕੇ ਲੇਕਿਨ ਇੰਦਰਾ ਗਾਂਧੀ ਨੇ ਅੱਗੇ ਨੂੰ ਜੇ ਉਹ ਕਹਿੰਦੀ ਸੀ ਵੀ ਮੈਂ ਈਸਟ ਪਾਕਿਸਤਾਨ ਨੂੰ ਜਿੱਤ ਸਕਦੀ ਹਾਂ ਅਤੇ ਇਹ ਸਿੱਖ ਕੀ ਚੀਜ਼ ਹੈਗੇ ਆ ਇਸ ਕਰਕੇ ਉਹਨੇ ਆਪਣਾ ਇਹ ਦਾਖੇ ਤੋਂ ਵੀ ਕਹਿਣ ਤੋਂ ਭਾਵ ਵੀ ਇਹਦਾ ਆਈਡੀਆ ਕਿਸੇ ਨੇ ਵੀ ਨਹੀਂ ਸੀ ਲਾਇਆ ਵੀ ਦਰਬਾਰ ਸਾਹਿਬ ਦੇ ਉੱਪਰ ਇੰਝ ਹਮਲਾ ਹੋ ਸਕਦਾ। ਸੰਤਾਂ ਨੇ ਪਹਿਲੀ ਉਮਰ ਵਿੱਚ ਜੋਸ਼ ਬਹੁਤਾ ਹੰਢਾਇਆ ਸੀ ਰਾਜਨੀਤੀ ਥੋੜ੍ਹੀ ਸੁਣਾਈ ਸੀ ਔਰ ਰਾਜਨੀਤਿਕ ਤੌਰ 'ਤੇ ਉਹਨਾਂ ਨੂੰ ਸਲਾਹ ਦੇਣ ਵਾਲੇ ਵੀ ਕੋਈ ਸਿਆਣੇ ਬੰਦੇ ਪਿੱਛੇ ਨਹੀਂ ਸੀ ਜੇ ਸਿਆਣੇ ਬੰਦੇ ਹੁੰਦੇ ਤਾਂ ਉਹ ਐਡਾ ਵੱਡਾ ਹਾਦਸਾ ਜਿਹੜਾ ਹੋਇਆ ਸਿੱਖੀ ਦੇ ਉੱਤੇ ਦਾਗ ਲੱਗਾ ਹੈ ਅਕਾਲ ਤਖ਼ਤ ਢਾਇਆ ਗਿਆ ਇਹ ਸ਼ਾਇਦ ਨਾ ਹੁੰਦਾ ਵੀ ਜੇ ਅੱਛਾ ਕੋਈ ਸਲਾਹਕਾਰ ਹੁੰਦਾ ਤਾਂ ਜੇ ਹੁੰਦਾ ਸੱਚਾ ਕੋਈ ਸਲਾਹਕਾਰ ਤਾਂ ਮੇਰਾ ਖਿਆਲ ਹੈ ਬਈ ਉਹ ਇਹੋ ਜਿਹੇ ਜੋਸ਼ ਵਿੱਚ ਆਏ ਹੋਏ ਸੀ ਕਿ ਉਹਨਾਂ ਨੇ ਕਿਸੇ ਦੀ ਮੰਨਣੀ ਨਹੀਂ ਸੀ ਅਤੇ ਉਹ ਸਮਝਦੇ ਸੀ ਵੀ ਅਸੀਂ ਸਾਡਾ ਜੋਸ਼ ਜਿਹੜਾ ਇਹਦੇ ਅੱਗੇ ਨਹੀਂ ਇਹ ਖੜੇਗੀ ਇਹ ਪਿੱਛੇ ਹਟ ਜਾਏਗੀ ਲੇਕਿਨ ਉਹਨੇ ਵੀ ਗਲਤੀ ਕੀਤੀ ਇਹਨਾਂ ਨੇ ਵੀ ਗਲਤੀ ਕੀਤੀ
ਦੋਹਾਂ ਗੱਲਾਂ ਦੇ ਨਤੀਜਾ ਜਿਹੜਾ ਸੀ ਉਹ ਸਿੱਖ ਕੌਮ ਨੇ ਭੁਗਤਿਆ। ਉਸ ਵੇਲੇ ਦੀ ਅਕਾਲੀ ਜਿਹੜੀ ਸਰਕਾਰ ਹੈ, ਅਕਾਲੀ ਲੀਡਰਸ਼ਿਪ ਸੀ, ਉਹਦਾ ਕੀ ਰੋਲ ਸੀ ਉਸ ਵੇਲੇ 1984 ਤੋਂ ਪਹਿਲਾਂ ਅਤੇ ਬਾਅਦ ਵਿੱਚ? ਉਹਨਾਂ ਦਾ ਕੋਈ ਰੋਲ ਹੀ ਨਹੀਂ ਸੀ, ਉਹ ਬੇਬਸ ਹੋ ਗਏ ਸੀ। ਉਹਨਾਂ ਨੂੰ ਤਾਂ ਇਹ ਪਤਾ ਹੀ ਨਹੀਂ ਸੀ ਵੀ ਅਸੀਂ ਕੀ ਲੈ ਕੀ ਸਟੈਪ ਚੁੱਕੀਏ, ਸਾਡੇ ਨਾਲ ਕੌਮ ਖੜੇਗੀ ਕਿ ਨਹੀਂ ਖੜੇਗੀ, ਸਾਡੇ ਨਾਲ ਲੋਕ ਜੁੜਨਗੇ ਕਿ ਟੁੱਟਣਗੇ। ਇਸ ਕਰਕੇ ਉਹ ਵੀ ਹਰਫੜੇ ਹੋਏ ਸੀ। ਉਸ ਵੇਲੇ ਕੋਈ ਸਿਆਣਾ ਅਕਾਲੀ ਲੀਡਰ ਅੱਗੇ ਆ ਕੇ ਇਹਨਾਂ ਨੂੰ ਸਲਾਹ ਦੇਣ ਵਾਲਾ ਨਹੀਂ ਸੀ, ਸਾਰੇ ਟੁੱਟ ਕੇ ਪਾਸੇ ਹੋਏ ਖੜੇ ਸੀ। ਅਤੇ ਜਿਹੜਾ ਅੰਦਰ ਬੱਬਰਾਂ ਦੀ ਅਤੇ ਬਾਬਾ ਜਰਨੈਲ ਸਿੰਘ ਧੜੇ ਦੀ ਆਪਸ ਦੇ ਵਿੱਚ ਖੜਕਦੀ ਸੀ, ਉਹਦਾ ਕੀ ਕਾਰਨ ਸੀ? ਉਹ ਤਾਂ ਹੁਣ ਲੀਡਰਸ਼ਿਪ ਪਿੱਛੇ ਸੀ। ਉਹ ਜਿਹੜੇ ਕੁਛ ਜੁਝਾਰੂ ਸਿੱਖ ਸੀਗੇ ਉਹ ਅੱਡ ਹੋਏ ਆ, ਉਹ ਆਪਣੇ ਤੌਰ 'ਤੇ ਆਪਣੀ ਟੌਰ ਬਣਾਉਣਾ ਚਾਹੁੰਦੇ ਸੀ, ਔਰ ਉਹ ਕੋਈ ਰਾਜਨੀਤੀ ਵਾਲੀ ਸਿਆਣੀ ਗੱਲ ਨਹੀਂ ਸੀ। ਉਹ ਵੀ ਅੱਡ ਹੋ ਕੇ ਸਿੱਖਾਂ ਦਾ ਆਪਸ ਵਿੱਚ ਘੋਲ ਕਰਨਾ ਐਡੀ ਵੱਡੀ ਸਲਤਨਤ ਨਾਲ, ਇਹ ਕੋਈ ਚੰਗੀ ਗੱਲ ਨਹੀਂ ਸੀ। ਨਤੀਜੇ ਸਾਡੇ ਸਾਹਮਣੇ ਆ। ਪਰ ਜਦੋਂ ਤੁਸੀਂ ਕਿਤਾਬ ਲਿਖੀ ਹੈ ਬਾਬਾ ਜਰਨੈਲ ਸਿੰਘ ਜੀ ਦੇ ਬਾਰੇ ਜਾਂ 1984 ਦੇ ਬਾਰੇ, ਖੂਨ ਕੇ ਸੋਹਿਲੇ ਗਾਵੀਏ ਨਾਨਕ, ਉਹਦੇ ਵਿੱਚ ਤੁਸੀਂ ਬਾਬਾ ਜਰਨੈਲ ਸਿੰਘ ਨੂੰ ਇੱਕ ਸ਼ਬਦ ਵਰਤਿਆ ਵੀ ਬੜੇ ਗੁੱਸੈਲੇ ਸਨ, ਗੁੱਸੇਖੋਰ ਸਨ। ਨਾ, ਗੁੱਸੇਖੋਰ ਤਾਂ ਸੀਗੇ ਹੀ ਉਹ। ਗੁੱਸਾ ਜਦੋਂ ਇਸ ਢੰਗ 'ਤੇ ਇਸ ਪੱਖ 'ਤੇ ਆ ਜਾਵੇ ਤਾਂ ਇਹ ਰਾਜਨੀਤੀ 'ਚੋਂ ਉਖੜ ਜਾਂਦਾ। ਰਾਜਨੀਤੀ ਠੰਡਾ ਅਮਲ ਹੈ, ਉਹ ਠੰਡਾ ਅਮਲ ਉਹਦੇ ਕੋਲ ਨਹੀਂ ਸੀ, ਅਤੇ ਉਹ ਇਸ ਗੱਲ ਲਈ ਉਹ ਕਿਸੇ ਦੀ ਗੱਲ ਇਹ ਮੰਨਣ ਸੁਣਨ ਵਾਲੇ ਹੀ ਨਹੀਂ ਸੀ। ਮੈਂ ਮਿੰਨਤਾਂ ਕਰਿਆ ਆ 4 ਦਿਨ ਪਹਿਲਾਂ ਅਕਾਲ ਤਖ਼ਤ 'ਤੇ, ਬਈ ਇਹ ਸਟੈਪ ਨਹੀਂ ਚੱਕਣਾ ਚਾਹੀਦਾ, ਤੁਹਾਨੂੰ ਹਾਜ਼ਰ ਹੋ ਜਾਣਾ ਚਾਹੀਦਾ, ਤੁਹਾਨੂੰ ਕੁਛ ਨਹੀਂ ਕਰ ਸਕੇ। ਪਰ ਹਾਜ਼ਰ ਹੋ ਕੇ ਵੀ ਸਾਡਾ ਕਿਤੇ ਨਾ ਕਿਤੇ ਇੱਕ ਗਲਤ ਪ੍ਰਭਾਵ ਨਹੀਂ ਸੀ ਜਾਂਦਾ? ਨਹੀਂ, ਗੱਲ ਇਹ ਹੈ ਵੀ ਸਾਡੀ ਗੱਲ ਖੜੀ ਰਹਿੰਦੀ ਗੱਲ 'ਤੇ। ਬਾਪੂ ਜੀ, ਤਖ਼ਤ 'ਤੇ ਡਿੱਗਣ ਵਾਲੀ ਜਿਹੜੀ ਹਾਨੀ ਹੈ ਹਿਸਟੋਰੀਕਲੀ, ਉਹ ਸਾਡੇ ਸਾਹਮਣੇ ਨਾ ਆਉਂਦੀ। ਇਹ ਉਹਨਾਂ ਨੂੰ ਕੋਸ਼ਿਸ਼ ਕਰਦੇ ਮਨਾਉਣ ਦੀ, ਇਹ ਇੱਕ ਗੱਲ ਵੱਖਰੀ ਸੀ। ਉਦੋਂ ਬਾਅਦ ਸ਼ਾਇਦ ਕੋਈ ਹਾਲਾਤ ਹੋਰ ਚੰਗੇ ਬਣ ਜਾਂਦੇ, ਕੋਈ ਨਹੀਂ ਸੀ ਜਾਣਦਾ। ਉਹਨਾਂ ਹਾਲਾਤ ਵਿੱਚ ਕੋਈ ਚੰਗੀ ਰਾਏ ਦੇਣ ਵਾਲਾ ਬੰਦਾ ਵੀ ਉੱਭਰ ਕੇ ਗਾਂਹ ਨਹੀਂ ਆਇਆ, ਸਿੱਖਾਂ 'ਚੋਂ ਵੀ ਕੋਈ ਨਹੀਂ ਆਇਆ, ਹੋਰ ਬਾਹਰੋਂ ਸਲਾਹ ਦੇਣ ਵਾਲੇ ਵੀ ਕੋਈ ਨਹੀਂ ਆਏ, ਅਤੇ ਇੰਦਰਾ ਗਾਂਧੀ ਮੰਨਣ ਵਾਲੀ ਨਹੀਂ ਸੀ। ਪਰ ਬਾਪੂ ਜੀ, ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਮੈਂ ਬਾਬਾ ਜਰਨੈਲ ਸਿੰਘ ਨੂੰ ਕਿਹਾ ਵੀ ਤੁਸੀਂ ਸਰਕਾਰ ਮੂਹਰੇ ਪੇਸ਼ ਖੋਜੋ, ਜੇ ਪੇਸ਼ ਹੋ ਜਾਂਦੇ ਤਾਂ ਜਿਹੜੇ ਉਹਨਾਂ ਦੇ ਮਗਰ ਇੰਨੀ ਦੁਨੀਆ ਜੁੜੀ ਸੀ, ਇੰਨੇ ਜੁਝਾਰੂ ਯੋਧੇ ਜੁੜੇ ਸੀ, ਕਿਤੇ ਨਾ ਕਿਤੇ ਉਹਨਾਂ ਦੇ ਦਿਮਾਗ ਦੇ ਵਿੱਚ ਐਸਾ ਖਿਆਲ ਆਉਣਾ ਸੀ ਕਿ ਬਾਬਾ ਜਰਨੈਲ ਸਿੰਘ ਹਕੂਮਤ ਦੇ ਅੱਗੇ ਗੋਡੇ ਟੇਕ ਗਏ ਨੇ? ਨਹੀਂ, ਐਸਾ ਕੋਈ ਗੱਲ ਨਹੀਂ ਸੀ ਬਣ ਸਕਦੀ ਕਿ ਇਹ ਹਾਲਾਤ ਦੱਸਦੇ, ਇਹ ਤਾਂ ਸਾਡੀਆਂ ਕਿਆਸਾਂ ਰਾਈਆਂ ਨੇ ਨਾ। ਲੇਕਿਨ ਅਕਾਲ ਤਖ਼ਤ ਦੀ ਇੱਜ਼ਤ ਨੂੰ ਬਰਕਰਾਰ ਰੱਖਣ ਵਾਸਤੇ ਜੇ ਉਹ ਪਿੱਛੇ ਪੇਸ਼ ਹੋ ਜਾਂਦੇ ਤਾਂ ਮੈਂ ਸਮਝਦਾ ਉਹ ਇੱਕ ਵੱਡੀ ਜਿੱਤ ਜਿੱਤਦੇ। ਪਰ ਬਾਬਾ ਜਰਨੈਲ ਸਿੰਘ ਜੀ ਨੇ ਅਕਾਲ ਤਖ਼ਤ ਤੋਂ ਇਹ ਲੜਾਈ ਕਿਉਂ ਲੜੀ ਹੈ, ਮਹਿਤੇ ਚੌਂਕ ਤੋਂ ਲੜਾਈ ਹੈ ਕਿਉਂ ਨਹੀਂ ਲੜੀ? ਉਹਨਾਂ ਦੇ ਦਿਮਾਗ 'ਚ ਸੀ ਗੱਲ ਕਿ ਇਹ ਪਿਛਾਂ ਹਟ ਜਾਏਗੀ ਇੰਦਰਾ, ਲੇਕਿਨ ਹਾਲਾਤ ਨੇ ਉਹਨੂੰ ਨਹੀਂ ਦੇਣ ਦਿੱਤਾ। ਗਲਤ ਸੋਚਿਆ ਉਹਨੇ ਵੀ, ਔਰ ਸਿੱਖ ਰੈਜੀਮੈਂਟ ਨੂੰ ਨਾਲ ਲਾਇਆ ਅਕਾਲ ਤਖ਼ਤ ਦੇ ਉਹਨੂੰ ਢਾਉਣ ਵਾਸਤੇ। ਬਾਪੂ ਜੀ, ਜੇ ਆਪਾਂ ਗੱਲ ਕਰੀਏ ਜਿਵੇਂ ਤੁਸੀਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੀ ਉਦਾਹਰਨ ਦਿੱਤੀ ਵੀ ਉਹਨਾਂ ਨੇ ਦਰਬਾਰ ਸਾਹਿਬ ਜੰਗਾਂ ਨਹੀਂ ਲੜੀਆਂ, ਉਹਨਾਂ ਨੇ ਬਾਹਰ ਜਾ ਕੇ ਲੜੀਆਂ, ਅਤੇ ਤੁਸੀਂ ਕਿਹਾ ਵੀ ਮੈਂ ਬਾਬਾ ਜਰਨੈਲ ਸਿੰਘ ਨੂੰ ਇਹ ਗੱਲ ਕਹੀ ਵੀ ਤੁਸੀਂ ਵੀ ਬਾਹਰ ਖੋਜੋ ਵੀ ਅੰਦਰ ਇਹ ਕੰਮ ਨਾ ਕਰੀਏ। ਨਹੀਂ, ਮੇਰਾ ਮਤਲਬ ਸੀ ਵੀ ਤੁਹਾਡਾ ਲੜਨਾ ਹੀ ਹਾਲੇ ਠੀਕ ਨਹੀਂ। ਠੀਕ ਹੈ ਜੀ, ਤੁਸੀਂ ਉਹਨਾਂ ਦਾ ਮੁਕਾਬਲਾ ਕੀ ਹੈ ਵੱਡੀ ਐਡੀ ਵੱਡੀ ਸਲਤਨਤ ਨਾਲ, ਤੁਸੀਂ ਉਹਦੇ ਨਾਲ ਤੁਸੀਂ ਗ੍ਰਿਫਤਾਰ ਹੋ ਜਾਓਗੇ, ਤੁਹਾਡੀ ਵਾਹਵਾ ਵਾਹਵਾ ਹੋਏਗੀ। ਇਹਦੇ 'ਚ ਕੋਈ ਇਹ ਗੱਲ ਨਹੀਂ ਕਿ ਤੁਸੀਂ ਹਾਰ ਗਏ ਹੋ ਜਾਂ ਨਹੀਂ ਨਹੀਂ, ਲੇਕਿਨ ਤੁਸੀਂ ਇੱਕ ਕੌਮੀ ਸ਼ਹੀਦ ਬਣ ਜਾਂਦੇ, ਕੌਮੀ ਕੈਦੀ ਬਣ ਜਾਂਦੇ, ਤੁਹਾਡਾ ਨਾਂ ਬਣਦਾ, ਇੱਥੇ ਲੋਕ ਤੁਹਾਡੇ ਨਾਲ ਜੁੜੇ ਰਹਿੰਦੇ, ਟੁੱਟਦੇ ਨਹੀਂ ਸੀ। ਲੇਕਿਨ ਹਾਲਾਤ ਇੰਨੇ, ਗੱਲ ਇਹ ਹੈ ਵੀ ਰਣਜੀਤ ਉਹ ਜੋਸ਼ ਵਿੱਚ ਜਾਂਦਾ ਸੀ, ਅਤੇ ਜੋਸ਼ ਜਿਹੜਾ ਹੈ ਸਿਆਣਪ ਦਾ ਵੈਰੀ ਹੈ। ਉਹ ਉੱਥੇ ਨਾ ਉਹਨਾਂ ਨੂੰ ਚੰਗੀ ਸਲਾਹ ਦੇਣ ਵਾਲਾ ਕੋਈ ਅੱਗੇ ਆਇਆ, ਅਤੇ ਨਾ ਉਹ ਖੁਦ ਚੰਗੇ ਠੰਡੇ ਦਿਮਾਗ ਨਾਲ ਸੋਚ ਸਕੇ।
ਆਪਾਂ ਬਾਪੂ ਜੀ ਇਹ ਤਾਂ ਉਦਾਹਰਣ ਦੇ ਦਿੰਦੇ ਹਾਂ ਵੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੀਆਂ ਜੰਗਾਂ ਨੇ ਉਹ ਬਾਹਰ ਜਾ ਕੇ ਲੜੀਆਂ, ਅਤੇ ਆਪਾਂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੀਆਂ ਜੰਗਾਂ ਨੇ ਉਹ ਵੀ ਤਾਂ ਅਨੰਦਪੁਰ ਸਾਹਿਬ ਤੋਂ ਲੜੀਆਂ ਸੀ ਨਾ? ਅਨੰਦਪੁਰ ਸਾਹਿਬ ਤੋਂ ਬਾਹਰ ਲੜੀਆਂ ਉਹ ਵੀ, ਉਹ ਹੁਣ ਉਹ ਤਾਂ ਇਹਨੇ ਇਹ ਸੀ ਕਿ ਉਹਨੂੰ ਢਾਉਣ ਆਏ ਸੀ ਅਤੇ ਉਹਨਾਂ ਨੇ ਇਹ ਗੱਲ ਨਹੀਂ ਹੋਣ ਦਿੱਤੀ, ਨੇੜੇ ਆਉਣ ਦਿੱਤਾ, ਉਹ ਮਹਿਫੂਜ਼ ਥਾਂ 'ਤੇ ਬੈਠੇ ਸੀ। ਪਰ ਤੁਹਾਡੇ ਮੁਤਾਬਕ ਜੋ ਕੁਝ ਹੋਇਆ, ਜਿਵੇਂ ਤੁਸੀਂ ਦੱਸਿਆ ਵੀ ਇਹ ਨਹੀਂ ਸੀ ਹੋਣਾ ਚਾਹੀਦਾ, ਜੋ ਕੁਝ ਹੋ ਗਿਆ ਉਹਦੇ ਵਿੱਚ ਤੁਸੀਂ ਸਾਰੀਆਂ ਉਦਾਹਰਣਾਂ ਦਿੱਤੀਆਂ, ਅਕਾਲੀ ਦਲ ਜਿਹੜਾ ਉਹ ਬੇਬਸ ਹੋ ਚੁੱਕਾ ਸੀ, ਕੋਈ ਸਿਆਣਾ ਬੰਦਾ ਅੱਗੇ ਆਉਣ ਨੂੰ ਤਿਆਰ ਨਹੀਂ ਸੀ, ਅਤੇ ਬਾਬਾ ਜਰਨੈਲ ਸਿੰਘ ਬੜੇ ਜੋਸ਼ ਦੇ ਵਿੱਚ ਸਨ, ਇੰਦਰਾ ਆਪਣੀ ਅੜੀ ਦੇ ਉੱਪਰ ਸੀ, ਜਿਵੇਂ ਤੁਸੀਂ ਸਾਰਾ ਕੁਝ ਦੱਸਿਆ ਵੀ ਕੌਮ ਨੂੰ ਭੁਗਤਣਾ ਪਿਆ। ਗੱਲ ਇਹ ਹੈ ਵੀ ਇੰਦਰਾ ਦਾ ਤਾਂ ਦਿਮਾਗ ਖਰਾਬ ਹੋਇਆ ਸੀਗਾ ਈਸਟ ਪਾਕਿਸਤਾਨ ਦੀ ਜਿੱਤ ਲੈਣ ਨਾਲ, ਉਹ ਇਸ ਕਰਕੇ ਉਹ ਕਿਸੋ ਸਮਝੀ ਸੀ ਵੀ ਜੇ ਮੈਂ ਇਹਨਾਂ ਨੂੰ ਵੀ ਇਹ ਢਾ ਲਵਾਂ ਤਾਂ ਗੱਲ ਵੱਖਰੀ ਹੋ ਜਾਏਗੀ, ਇੱਕ ਕੰਮ ਗੱਲ ਬਣ ਜਾਏਗੀ। ਔਰ ਉਹ ਇੱਕ ਗੱਲ ਐਸੀ ਜੋਸ਼ ਵਾਲੀ ਸੀ ਸਿੱਖ ਕੌਮ ਦੀ ਕਿ ਉਹ ਜੋਸ਼ ਮਰ ਨਹੀਂ ਸਕਿਆ, ਅਤੇ ਜੋਸ਼ ਮੁੜ ਕੇ ਫਿਰ ਜਿੰਦਾ ਉੱਠਿਆ, ਉਹਨੇ ਉਹਨੂੰ ਉਹਦੇ ਘਰ ਜਾ ਮਾਰਿਆ। ਪਰ ਉਹਦੇ ਬਾਵਜੂਦ ਕੁਛ ਲੋਕ ਕਹਿੰਦੇ ਨੇ ਕਿ ਇੰਦਰਾ ਗਾਂਧੀ ਨੂੰ ਏਜੰਸੀਆਂ ਨੇ ਮਰਵਾਇਆ ਆ। ਨਹੀਂ ਇਹ ਗੱਲ ਕੁਛ ਨਹੀਂ ਕਹਿ ਸਕਦੇ, ਲੇਕਿਨ ਉਹ ਮੁੰਡੇ ਜਿਹੜੇ ਜੇ ਉਹਨੂੰ ਮਾਰਨ ਵਾਲੇ ਸੀ ਉਹ ਕਿਸੇ ਏਜੰਸੀ ਦੇ ਏਜੰਟ ਨਹੀਂ ਸੀ, ਉਹਨਾਂ ਨੇ ਸਮਝੋ ਇੱਕ ਤਰ੍ਹਾਂ ਨਾਲ ਗੁਰੂ ਹੁਕਮ ਮੰਨਿਆ ਜੇ ਵੀ ਇਹਨੇ ਐਡਾ ਵੱਡਾ ਕੰਮ ਕੀਤਾ, ਇਹ ਜਿਉਂਦੀ ਨਹੀਂ ਰਹਿਣੀ ਚਾਹੀਦੀ। ਉਹਨਾਂ ਦੀ ਸੋਚ ਠੀਕ ਸੀ, ਉਹਨਾਂ ਦੀ ਸ਼ਹਾਦਤ ਵੀ ਠੀਕ ਸੀ। ਪਰ ਬਾਬਾ ਜਰਨੈਲ ਸਿੰਘ ਨੇ ਜਿਹੜੀ ਹਕੂਮਤ ਦੇ ਨਾਲ ਐਡੀ ਵੱਡੀ ਜੰਗ ਲੜੀ ਹੈ, ਅਤੇ ਉਸ ਤੋਂ ਬਾਅਦ ਵੀ ਕੁਛ ਲੋਕ ਇਹ ਗੱਲ ਕਹਿੰਦੇ ਨੇ ਕਿ ਬਾਬਾ ਜਰਨੈਲ ਸਿੰਘ ਸ਼ਹੀਦ ਨਹੀਂ ਹੋਏ, ਬਾਬਾ ਜਰਨੈਲ ਸਿੰਘ ਚਲੇ ਗਏ, ਅਤੇ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਇਹ ਐਵੇਂ ਸਾਰੀ ਬਕਵਾਸ ਹੈ, ਇਹ ਗੱਲ ਨਹੀਂ ਸੀ। ਉਹ ਉੱਥੇ ਸਾਰੇ ਸਾਹਮਣੇ ਹੋਏ, ਤਸਵੀਰਾਂ ਆਉਂਦੀਆਂ ਰਹੀਆਂ, ਸਾਰਾ ਕੁਛ। ਇਹ ਤਾਂ ਇਹੋ ਜਿਹੇ ਬੰਦੇ ਵੀ ਹੁੰਦੇ ਆ ਜਿਹੜੇ ਆਪਣਾ ਨਾਂ ਖੱਟਣ ਦੇ ਮਾਰੇ ਇਹੋ ਜਿਹੀਆਂ ਗੱਲਾਂ ਜੋੜ ਲੈਂਦੇ ਨੇ, ਲੇਕਿਨ ਉਹ ਗਲਤ ਹੈ। ਉਹ ਉੱਥੋਂ ਨਾ ਗਏ ਕਿਤੇ, ਨਾ ਉਹ ਉੱਠੇ ਹੈ, ਉੱਥੇ ਲੜੇ ਹੈ ਔਰ ਉੱਥੇ ਸ਼ਹੀਦ ਹੋਏ ਹੈ। ਮੈਂ ਇਹਨਾਂ ਦੇ ਇੰਨਾ ਕੁ ਨੇੜੇ ਸੀ ਕਿ ਮੈਨੂੰ ਇੰਨਾ ਕੁ ਪਤਾ ਹੈ ਉਹ ਇਹਨਾਂ ਦਾ ਇਹ ਕੁਛ ਨਹੀਂ ਸੀ ਹੋਇਆ, ਔਰ ਇਹ ਗੱਲਾਂ ਬਣਾਉਂਦੇ ਰਹੇ, ਅਤੇ ਗੱਲਾਂ ਕਿੱਥੇ ਗਈਆਂ ਫਿਰ? ਉਹ ਜੇ ਹੁੰਦੇ ਜਾਂ ਕੋਈ ਗੱਲ ਐਸੀ ਹੁੰਦੀ ਤਾਂ ਵੀ ਸੀਗੀਆਂ। ਤੁਹਾਨੂੰ ਲੱਗਦਾ ਕਿ ਬਾਬਾ ਜਰਨੈਲ ਸਿੰਘ ਐਸੇ ਸਮੇਂ ਦੇ ਉੱਪਰ ਲਾਸ਼ਾਂ ਦੇ ਉੱਤੋਂ ਦੀ ਲੰਘ ਕੇ ਜਾ ਸਕਦੇ ਨੇ ਕਿਸੇ ਪਾਸੇ? ਨਹੀਂ, ਮੈਂ ਨਹੀਂ ਸਮਝਦਾ ਸੀ ਵੀ ਉਹ ਇੱਥੇ ਉਹ ਮਰਨ 'ਤੇ ਆਇਆ ਸੀ ਜੀ। ਉਸ ਵੇਲੇ ਜਾਣੀ ਉਹ ਕਹਿੰਦਾ ਸੀ ਵੀ ਮੈਂ ਸ਼ਹੀਦ ਹੋ ਜਾਣਾ, ਜਿਹੜਾ ਕੁਛ ਵੀ ਹੋਵੇ, ਲੇਕਿਨ ਇਹ ਨਾ ਹੋਵੇ ਵੀ ਮੈਂ ਇੱਥੋਂ ਨੱਠ ਪਿਆ ਅਤੇ ਲੋਕ ਮੈਨੂੰ ਕਹਿਣ ਵੀ ਹੁਣ ਗੱਦਾਰੀ ਕਰ ਗਿਆ ਜੇ। ਉਹ ਇਸ ਗੱਲ ਕਰਕੇ ਸ਼ਹੀਦ ਹੋਏ। ਜਿਹੜੀ ਤੁਸੀਂ ਲਿਖੀ ਹੈ ਖੂਨ ਕੇ ਸੋਹਲੇ ਗਾਵੀਏ ਨਾਨਕ, ਜਿਹੜੀ ਕਿਤਾਬ ਲਿਖੀ ਹੈ ਕਾਫੀ ਮੋਟੀ ਕਿਤਾਬ ਹੈ, ਉਹਦੇ ਵਿੱਚ ਤੁਸੀਂ ਕੀ ਸਿੱਧ ਕਰਨਾ ਚਾਹੇ? ਉਹਦੇ ਵਿੱਚ ਕੀ ਤੁਸੀਂ ਐਸਾ ਲਿਖਿਆ ਬਾਬਾ ਜਰਨੈਲ ਸਿੰਘ ਬਾਰੇ ਜਾਂ ਕੌਮ ਦੇ ਹਾਲਾਤਾਂ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ? ਮੈਂ ਇੱਕ ਗੱਲ ਦੱਸਣਾ ਬਈ ਉਹ ਬੰਦਾ ਸਿਰੜੀ ਸੀ ਅਤੇ ਸਿਰੜ ਦੇ ਨਾਲ ਉਹਨੇ ਆਪਣਾ ਸਿਰ ਦਿੱਤਾ ਅਤੇ ਮੈਦਾਨੋਂ ਨਹੀਂ ਭੱਜਿਆ। ਇਹ ਗੱਲ ਆਖਰੀ ਦਮ ਤੱਕ ਉਹ ਮੇਰੇ ਨਾਲ ਖੜ੍ਹਾ ਰਿਹਾ, ਮੈਂ ਉਹਨੂੰ ਰੋਕਦਾ ਰਿਹਾ, ਉਹਦਾ ਨਹੀਂ ਤੂੰ ਆਪਦਾ ਮੌਜ ਕਰ, ਮੈਂ ਗੁਰੂ ਦਾ ਹੁਕਮ ਮੰਨੂੰਗਾ। ਉਹ ਇਹ ਗੱਲ ਕਹਿੰਦੇ ਰਹੇ ਨੇ ਗੁਰੂ ਦਾ ਹੁਕਮ ਮੰਨਣ ਕਾਰਨ। ਬਾਪੂ ਜੀ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਸੋ ਦੇਸ਼ ਵਿਦੇਸ਼ ਦੇ ਦਰਸ਼ਕੋ, ਇਹ ਨੇ ਬਾਪੂ ਜਸਵੰਤ ਸਿੰਘ ਕੰਵਲ, ਜਿਨ੍ਹਾਂ ਦੇ ਬਾਰੇ ਮੈਂ ਤੁਹਾਨੂੰ ਅੱਗੇ ਵੀ ਦੱਸ ਚੁੱਕਾ ਵਾਂ, ਕਰੀਬ 70 ਕਿਤਾਬਾਂ ਹੁਣ ਤੱਕ ਲਿਖੀਆਂ ਨੇ। 1943 ਦੇ ਵਿੱਚ ਪਹਿਲੀ ਕਿਤਾਬ ਇਹਨਾਂ ਦੀ ਆ ਗਈ ਸੀ। ਸਮੇਂ ਅਤੇ ਹਾਲਾਤਾਂ ਦੇ ਉੱਪਰ ਜਦੋਂ ਕੌਮ ਦੇ ਵਿੱਚ ਜਾਂ ਸਮਾਜ ਦੇ ਅੰਦਰ ਕੋਈ ਐਸੀ ਘਟਨਾ ਵਾਪਰਦੀ ਹੈ ਤਾਂ ਐਸਾ ਨਹੀਂ ਹੋਇਆ ਕਿ ਬਾਪੂ ਦੀ ਕਲਮ ਰੁਕ ਜਾਵੇ। ਬਾਪੂ ਦੀ ਕਲਮ ਨੇ ਉਹ ਸੱਚ ਨੂੰ ਬਿਆਨਣ ਦਾ ਯਤਨ ਕੀਤਾ, ਉਹ ਭਾਵੇਂ 1947 ਦੀ ਹੋਵੇ ਅਤੇ ਭਾਵੇਂ ਉਸ ਤੋਂ ਬਾਅਦ ਸਾਡੇ ਕੌਮ ਦੇ ਆਗੂਆਂ ਨੇ ਕੀਤੀਆਂ ਹੋਈਆਂ ਕੌਮ ਨਾਲ ਗੱਦਾਰੀਆਂ ਹੋਣ, ਭਾਵੇਂ ਜੂਨ 1984 ਹੋਵੇ, ਕਿਸੇ ਵੀ ਪ੍ਰਕਾਰ ਦਾ ਹੋਵੇ, ਬਾਪੂ ਜੀ ਨੇ ਸਾਰਾ ਕੁਝ ਪੇਸ਼ ਕਰਨ ਦਾ ਇੱਕ ਯਤਨ ਕੀਤਾ। ਜੇ ਬਾਬਾ ਜਰਨੈਲ ਸਿੰਘ ਜੀ ਬਾਰੇ ਪੁੱਛਿਆ ਤਾਂ ਬਾਪੂ ਜੀ ਨੇ ਦੱਸਿਆ ਕਿ ਉਹ ਬੜੇ ਸਿਰੜੀ ਸਨ, ਬੜਾ ਉਹਨਾਂ ਦੇ ਅੰਦਰ ਜਜ਼ਬਾ ਸੀ, ਕੌਮ ਦਾ ਦਰਦ ਸੀ, ਔਰ ਬਿਲਕੁਲ ਮੌਤ ਦੀ ਪ੍ਰਵਾਹ ਨਹੀਂ ਸੀ ਕਰਦੇ। ਉਹ ਅਕਸਰ ਹੀ ਕਿਹਾ ਕਰਦੇ ਸੀ ਕਿ ਮੈਂ ਸ਼ਹੀਦ ਹੋ ਜਾਣਾ, ਮੈਂ ਕੌਮ ਦੀ ਖਾਤਰ ਆਪਣਾ ਆਪਾ ਮਿਟਾ ਦੇਣਾ। ਉਹਨਾਂ ਦੇ ਜਜ਼ਬੇ ਦੀ ਗੱਲ ਕਰੀਏ ਤਾਂ ਬਾਪੂ ਜੀ ਕਹਿੰਦੇ ਕਿ ਮੈਂ ਕਈ ਵਾਰ ਮਿਲ ਚੁੱਕਾ ਸਾਂ, ਮੈਨੂੰ ਨਹੀਂ ਲੱਗਦਾ ਕਿ ਬਾਬਾ ਜਰਨੈਲ ਸਿੰਘ ਐਸੇ ਸਮੇਂ ਦੇ ਵਿੱਚ ਕਿਤੇ ਬਾਹਰ ਜਾ ਸਕਦੇ ਨੇ। ਬਾਪੂ ਜੀ ਦੇ ਕਹਿਣ ਦੇ ਮੁਤਾਬਕ ਬਾਬਾ ਜਰਨੈਲ ਸਿੰਘ ਜੀ ਦੀ ਸ਼ਹਾਦਤ ਹੋਈ ਹੈ। ਹੋਰ ਵੀ ਬੜੀਆਂ ਗੱਲਾਂ ਨੇ ਜਾਣਨ ਵਾਲੀਆਂ। ਅੱਜ ਅਸੀਂ ਬਾਪੂ ਜੀ ਦੇ ਘਰ ਦੇ ਵਿੱਚ ਆਏ ਹਾਂ ਕਿਉਂਕਿ ਉਮਰ ਵੀ ਬੜੀ ਵਡੇਰੀ ਹੈ,
ਥਕੇਵਾਂ ਵੀ ਹੋ ਜਾਂਦਾ ਹੈ, ਕੁਝ ਸੁਣਦਾ ਵੀ ਉੱਚਾ ਹੈ। ਮੈਂ ਕੋਸ਼ਿਸ਼ ਕਰਾਂਗਾ ਕਿ ਸਮੇਂ-ਸਮੇਂ ਦੇ ਉੱਪਰ ਥੋੜ੍ਹਾ ਥੋੜ੍ਹਾ ਰੈਸਟ ਕਰਕੇ ਬਾਪੂ ਜੀ ਦੇ ਕੋਲੋਂ ਦਿਲ ਦੀਆਂ ਗੱਲਾਂ ਜਿਹੜੀਆਂ ਨੇ ਜਾਂ ਕੁਝ ਐਸੇ ਇਤਿਹਾਸਿਕ ਵਿਚਾਰਾਂ ਨੇ ਉਹ ਤੁਹਾਡੇ ਰੂਬਰੂ ਕਰਵਾਵਾਂ। ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।